ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਆਪਾਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਤੇ ਲਾਈਨ ਹੀ ਬੜੀ ਲੰਬੀ ਲੱਗੀ ਹੈ ਉਹ ਲੱਖ ਸਵਾ ਲੱਖ ਆ ਜਾਂਦਾ ਬੰਦਾ ਮਹਾਰਾਜ ਰਣਜੀਤ ਸਿੰਘ ਜੀ ਬੁੱਕਦੇ ਆ ਜਿਹੜੇ ਡਿਪਟੀ ਗਨ ਗੇਟ ਭੇਜੇ ਹੋਏ ਆ ਭਾਈ ਉਸ ਬਾਸੇ ਕਰੋ ਜੀ ਦਰਸ਼ਨ ਡੇਰਾ ਬਾਬਾ ਨਾਨਕ ਇਸ ਵੇਲੇ ਆਪਾਂ ਬੈਠੇ ਆ ਡੇਰਾ ਬਾਬਾ ਨਾਨਕ ਪਾਕਿਸਤਾਨ ਦੇ ਵਿੱਚ ਜਿਹੜਾ ਸਥਿਤ ਹੈ ਗੁਰੂ ਘਰ ਆ ਬਾਰਡਰ ਤੇ ਪਹੁੰਚ ਚੁੱਕੇ ਹਾਂ ਉੱਥੇ ਦੂਰਬੀਨਾਂ ਲੱਗੀਆਂ ਹੋਣ ਚੋਲਾ ਸਾਹਿਬ ਗੁਰੂ ਘਰ ਆ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ ਵਸਤਰ ਪਏ ਆ ਚੋਲਾ ਪਿਆ ਉਹਨਾਂ ਦਾ ਸ਼ੂਰ ਦੇ ਚੰਗੀ ਤਰ੍ਹਾਂ ਦਰਸ਼ਨ दरबार साहब दरबार साहब जाना अंकल हुणी आ गए बी शब्द सुनते सुनते आप पहुंच गए है ना शब्द लगे आ सवेरे सवेरे क्या ही माहौल है यार बड़ा सोहना माहौल आ शब्द लगे आ शब्द सुनते सुनते अं पहुंच चुके हैं दरबार साहब अमृतसर दे आ गेट दे विच दी तां साडी हो चुकी है एंट्री ते ओ उड़दा जहाज पता नहीं किहड़े सज्जण उतर रहे आ पता नहीं चढ़ रहे नहीं नहीं उतर रहे इधर नूं जहाज उतरदा ही हुंदा आ ते आ देखो भाई क्या मजबूरी की कुछ नहीं करवाउंदी है ना सैर पईआं जिम्मेवारियां ते मजबूरियां बहुत कुछ सिखा दिंदियां बंदे नूं है ना भुखा हो जांदा इहो जिहे हालातां दे विच ते जिहड़ा इह संघर्षना लड़ गिआ उह अग्गे जा के फिर कामयाब तां होणा ही होणा इहनूं ਆਪਾਂ ਪਹੁੰਚ ਚੁੱਕੇ ਹਾਂ ਦਰਬਾਰ ਸਾਹਿਬ ਤੇ ਦਿਖਾਉਣੇ ਤੁਹਾਨੂੰ ਜੀ ਕਿਹਦੀ ਸੰਗਤਾਂ ਤੇ ਹੋਰ ਵੀ ਮਾਹੌਲ ਕਿਹੋ ਜਿਹਾ ਕਾਫੀ ਜ਼ਿਆਦਾ ਰਸ਼ ਹੈ ਅੱਜ ਤਾਂ ਪਾਰਕਿੰਗ 'ਚ ਵੀ ਕਾਫੀ ਜ਼ਿਆਦਾ ਭੀੜ ਸੀ ਗੱਡੀ ਲਾਉਣ ਵੀ ਬੜੀ ਔਖੀ ਲੱਗ ਰਹੀ ਹੈ ਪਰ ਇੱਥੇ ਵੀ ਸੰਗਤ ਗਾਹ ਅੱਗੇ ਜਾ ਕੇ ਕਾਫੀ ਹੋ ਜਾਣੀ ਹੈ ਨਾ ਇੱਥੇ ਤਾਂ ਦੇਖਣ ਨੂੰ ਲੱਗਦਾ ਜਿਵੇਂ ਘੱਟ ਆ ਪਰ ਨਹੀਂ ਕਿਉਂਕਿ ਕੱਲ੍ਹ ਨੂੰ ਐਤਵਾਰ ਅਤੇ ਅੱਜ ਸ਼ਨੀਵਾਰ ਤੇ ਅੱਜ ਰਸ਼ ਪੈਣਾ ਸ਼ੁਰੂ ਹੋ ਜਾਂਦਾ ਅੱਜ ਤੋਂ ਹੀ ਓਏ ਹਾਂ ਵੀ ਸ਼ਿਕਾਰੀ ਕਿਵੇਂ ਆ ਇਹ ਨਾ ਜਾਈ ਭਰਾਵਾ ਮੈਨੂੰ ਤੂੰ ਲਓ ਜੀ ਜੇ ਲਿਆ ਬਸ ਇੱਧਰਲੀ ਸਾਈਡ ਰਹਿ ਜਾਣਾ ਆਪਾਂ ਤੁਰ ਜਾਣਾ ਅੱਗੇ ਨੂੰ ਹਨਾ ਸਿੱਧੇ ਸਿੱਧੇ ਤੁਰ ਜਾਣਾ ਆਪਾਂ ਇੱਕ ਚੀਜ਼ ਇਹ ਆ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਨਾ ਸਾਰਾ ਕੁਛ ਬਣਾਇਆ ਤਾਂ ਹੈਗਾ ਆ ਸੋਹਣਾ ਬਣਾਤਾ ਪਰ ਤੋੜਿਆ ਕੁਛ ਨੀ ਹੈਗਾ ਵੀ ਇਹਦੇ ਗੁਰੂ ਘਰ ਤਾਂ ਵਧੀਆ ਬਣਾਤਾ ਪਰ ਇਹ ਨੀ ਵੀ ਲੱਗੇ ਛੋਟੇ ਮੰਦਰ ਸੀਗੇ ਜਿਹੜੇ ਵੀ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਹੋਊਗਾ ਨਹੀਂ ਉਹ ਵੀ ਵਧੀਆ ਆ ਉਵੇਂ ਦੇ ਸਮਾਂ ਉਹਨਾਂ ਨੂੰ ਵੀ ਵਧੀਆ ਬਣਾਇਆ ਸੋਹਣਾ ਬਣਾਇਆ ਹੈ ਠੀਕ ਆ ਆਪਾਂ ਦੇਖਦੇ ਹਾਂ ਕਈ ਥਾਵਾਂ ਤੇ ਹਨਾ ਮੰਦਰਾਂ ਦੀ ਪਾਰਕਿੰਗ ਦੇ ਕਰਕੇ ਵੀ ਗੁਰਦੁਆਰੇ ਦੀ ਇਮਾਰਤ ਤੋੜੀਆਂ ਜਾਂਦੀਆਂ ਹੈ ਬਹੁਤੇ ਮੰਦਰ ਤਾਂ ਇਹੋ ਜਿਹੇ ਆ ਜਿੱਥੇ ਉਹਨਾਂ ਦੀ ਪਾਰਕਿੰਗ ਵੱਡੀ ਗੱਲ ਵੀ ਹਨਾ ਇਮਾਰਤ ਤੋੜੀ ਜਿੱਦਾਂ ਮੰਗੂ ਮੱਠ ਆ ਜਗਨਨਾਥਪੁਰੀ ਹੈ ਨਾ ਉਹ ਮੰਦਰ ਦੀ ਪਾਰਕਿੰਗ ਵੱਡੀ ਗੱਲ ਵੀ ਮੰਦਰ ਹੈ ਨਾ ਗੁਰੂ ਘਰ ਦੀ ਇਮਾਰਤ ਤੋੜੀ ਗਈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਰਤੀ ਉਚਾਰੀ ਸੀਗੀ ਤੇ ਇੱਥੇ ਦੇਖ ਲਓ ਐਵੇਂ ਹੀ ਆ ਸਾਰਾ ਕੁਛ ਕੁਛ ਵੀ ਟਸ ਤੋਂ ਮਸ ਨਹੀਂ ਕੀਤਾ ਸਮਾਂ ਉਹਨਾਂ ਸਾਹਮਣੇ ਦੁਕਾਨਾਂ ਬਣਾ ਕੇ ਹੋਰ ਖੂਬਸੂਰਤੀ ਬਣ ਗਈ ਸੋਹਣਾ ਬਣ ਗਿਆ ਹਨਾ ਹਰੇਕ ਚੀਜ਼ ਤੁਹਾਨੂੰ ਉੱਥੇ ਸਾਹਮਣੇ ਪ੍ਰਾਚੀਨ ਸ਼ਨੀਦੇਵ ਦੇ ਮੰਦਰ ਆ ਉਹ ਵੀ ਉਵੇਂ ਹੀ ਮਿਲੂਗਾ ਬਿਲਕੁਲ ਕੋਈ ਛੇੜਛਾੜ ਦੀ ਉਸ ਦੇ ਨਾਲ ਹੂ ਬਹੂ ਹੋਏ ਆ ਸਾਹਮਣੇ ਗੁਰੂ ਘਰ ਹੈ ਤੇ ਇੱਧਰ ਦੇਖ ਲਓ ਸ਼ਨੀਦੇਵ ਦਾ ਮੰਦਰ ਕੁਛ ਨੀ ਕੋਈ ਇਸ ਚੀਜ਼ ਨਾਲ ਛੇੜਛਾੜ ਨਹੀਂ ਕੀਤੀ ਉਵੇਂ ਤਾਂ ਉਵੇਂ ਹੀ ਆ ਤੇ ਜਿੱਥੇ ਵੀ ਸਿੱਖਾਂ ਦੇ ਗੁਰੂ ਘਰ ਹੋਣਗੇ ਜਿੱਥੇ ਮੈਜੋਰਟੀ ਚ ਸਿੱਖ ਹੋਣਗੇ ਨਾ ਉੱਥੇ ਆਪਦੇ ਨਾਲ ਨਾਲ ਦੂਜਿਆਂ ਨੂੰ ਵੀ ਸੇਫ ਹੀ ਹੋਣਗੇ ਸਾਰੇ ਤੇ ਉਹਨਾਂ ਦੇ ਧਾਰਮਿਕ ਸਥਾਨ ਵੀ ਸੇਫ ਹੀ ਹੋਣਗੇ ਵਾਹਿਗੁਰੂ ਜੀ ਲਓ ਜੀ ਕਰੋ ਦਰਸ਼ਨ ਤੁਸੀਂ ਵੀ ਦਰਬਾਰ ਸਾਹਿਬ ਦੇ ਬੜੀ ਕਿਸਮਤ ਨਾਲ ਹੀ ਹੁੰਦੇ ਆ ਦਰਸ਼ਨ ਤੇ ਮੈਂ ਵੀ ਐਕਤੀ ਬੜੇ ਟਾਈਮ ਬਾਅਦ ਹੀ ਆਇਆ ਵੀ ਆਪਣੇ ਹੱਥ ਬਸ ਕੁਛ ਨਹੀਂ ਜਦੋਂ ਮਹਾਰਾਜ ਨੇ ਸੱਦਣਾ ਆ ਉਦੋਂ ਹੀ ਆਪਣੇ ਤੋਂ ਆਇਆ ਹੋਣਾ ਆ ਤੇ ਬੜਾ ਹੀ ਮਨ ਨੂੰ ਸ਼ਾਂਤੀ ਸਕੂਨ ਮਿਲਦਾ ਇੱਥੇ ਆ ਕੇ ਤੇ ਫਿਰ ਹੁਣ ਇੱਧਰ ਆ ਗਏ ਦੁੱਖ ਭੰਜਨੀ ਪੀਰੀ ਸਾਹਿਬ ਵੱਲ ਤੇ ਇੱਧਰ ਪੰਜ ਇਸ਼ਨਾਨਾਂ ਕਰਦੇ ਹਾਂ ਤੇ ਲਓ ਜੀ ਸੰਗਤਾਂ ਦਾ ਇੱਥੇ ਦੂਰੋਂ ਦੂਰ ਇਸ਼ਨਾਨ ਹੀ ਕਰ ਰਹੀਆਂ ਪਰ ਆਪਾਂ ਪੰਜ ਇਸ਼ਨਾਨਾਂ ਹੀ ਕਰਾਂਗੇ ਹੈ ਨਾ ਤੇ ਮਹਾਰਾਜ ਸਾਹਿਬ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਬਾਬਾ ਦੀਪ ਸਿੰਘ ਦੇ ਇੱਥੇ ਸਥਾਨ 'ਤੇ ਸੇਵਾ ਚੱਲ ਰਹੀ ਹੈ ਕੋਈ ਤਾਂ ਕਰਕੇ ਕਵਰ ਕੀਤਾ ਹੋਇਆ ਹੈ ਨਾ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵੀ ਇੱਥੇ ਦੇਖ ਕਰਾ ਕੇ ਫਿਰ ਆਪਾਂ ਭੋਗ ਲਵਾ ਲਈਏ ਆਪਣੇ ਨਾਲ ਦੇ ਤਾਂ ਆਪਣੇ ਨਾਲੋਂ ਵਿਛੜ ਚੁੱਕੇ ਆ ਤੇ ਆਪਾਂ ਦੇਖ ਕਰਾ ਕੇ ਫਿਰ ਟਿੱਕੀਏ ਮੱਥਾ ਹੈ ਨਾ ਲਾਈਨ ਹੀ ਬੜੀ ਲੰਬੀ ਲੱਗੀ ਹੈ ਉਹ ਇੱਧਰੋਂ ਦੀ ਬਹੁਤ ਦੂਰੋਂ ਜਾ ਕੇ ਘੁੰਮ ਕੇ ਜਾਣਾ ਪੈਣਾ ਲੰਬੀ ਲਾਈਨ ਲੱਗੀ ਮੈਨੂੰ ਲੱਗਦਾ ਹੈ 3 ਘੰਟੇ ਲੱਗ ਜਾਣਗੇ ਸ਼ਾਇਦ ਮੈਂ ਦਰਸ਼ਨ ਕਰਦੇ ਕਰਦੇ ਹੈ ਨਾ ਇੱਧਰੋਂ ਜਾਊਗੇ ਫੇਰ ਐਨ ਜਾਊਗੇ ਫੇਰ ਐਨ ਜਾਣਾ ਵੀ ਢਾਡੀ ਜਥੇ ਵਾਰਾਂ ਗਾ ਰਹੇ ਆ ਤੇ ਸੰਗਤ ਨੂੰ ਨਿਹਾਲ ਕਰ ਰਹੇ ਆ ਜੋਸ਼ ਭਰ ਰਹੇ ਸੰਗਤਾਂ ਦੇ ਵਿੱਚ ਵਾਹਿਗੁਰੂ ਜੀ ਲੱਖ ਕਹਿੰਦੇ ਆ ਜਾਂਦਾ ਲੱਖ ਸਵਾ ਲੱਖ ਆ ਜਾਂਦਾ ਬੰਦਾ ਜੀ ਹੋ ਚੁੱਕੀਆਂ ਵਾਪਸੀਆਂ ਆਪਣੀਆਂ ਦੇ ਰਸ਼ ਦੇਖੋ ਆਉਂਦਿਆਂ ਨੂੰ ਸੰਗਤਾਂ ਕਿਵੇਂ ਕੁਲਫੀਆਂ ਵਾਲੇ ਆਪਣੀਆਂ ਆਵਾਜ਼ਾਂ ਮਾਰ ਰਹੇ ਸੂਟਾਂ ਵਾਲੇ ਆਪਣੀਆਂ ਜੁੱਤੀਆਂ ਵਾਲੇ ਆਪਣੀਆਂ ਤੇ ਇੱਧਰ ਮੰਦਰ ਦੀ ਘੰਟੀ ਵੀ ਖੜਕੀ ਸੁਣਾਈ ਦੇ ਰਹੀ ਆ ਵਿੱਚ ਕਿਆ ਬਾਤ ਵੱਖਰਾ ਹੀ ਮਿਊਜ਼ਿਕ ਚੱਲ ਰਿਹਾ ਵੱਖਰੇ ਤਰ੍ਹਾਂ ਦਾ ਹੀ ਹੈ ਨਾ ਪੰਜਾਬੀ ਜੁੱਤੀ
अगली बार देखा महाराज रणजीत सिंह जी बकदे आ भाई अमृतपाल सिंह जी दे परिवार ते सिख संगतां वल्लों धरना लाया होया कि सिख योधे डिब्रूगढ़ जेल तों पंजाब लिआई जाण। बड़ा ज्यादा रश आ, देख लो पार्किंग चो अं निकलियाँ तो आख लो गड्डिया की लाइन कितने तक आ, जितों फ्लाईओवर शुरू होंगे उत्थे तक गड्डिया की लाइन लगी हुई है। लो जी इस वेले आप बैठे हैं डेरा बाबा नानक के लंगर हाल चाह पी रहे हैं, हले दर्शन करने हैं, चाह का गफा छक रहे हैं। लो जी करो दर्शन गुरु नानक जी का, गुरु घर डेरा बाबा नानक जिथे गुरु साहब जी ने आखिरी समा अपना बिताया, इतने खेती की इतने के करतारपुर साहब। पहली बार आया मैं कैसो च ही आया पहली बार। नानक साहब जी का गुरु वह गिड़ता हले भी पानी आ, जल भी लेके जाते कई गेड़े तुम पिछे गए नहीं है, पिछे हल्ट भी मैं तो भी गेड़ के आया, तो हल्ट भी गुरु घर की बैक साइड आना। होर बाबा जी किवें ठीक हो जी, चढ़ दी गला जी। आप पहुंच चुके हैं पाकिस्तान बार्डर ते, आ जिहड़ी खब्बे हत्थ तुसीं आ बार्ड देख लो जो पाले पासे इमारत है, ये टर्मीनल आ जिथों करतारपुर साहब गुरु घर जा हुंदा पाकिस्तान दे विच, जिहड़ा ਉਹ ਇੱਥੋਂ ਹੀ ਜੋ ਕੇ ਜਾ ਹੁੰਦਾ ਆ, ਇਹ ਉਸੇ ਦਾ ਟਰਮੀਨਲ ਆ। ਤੇ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਬਾਰਡਰ ਤੇ, ਇਹ ਤੋਂ ਫਿਰ ਦੂਰ ਦੇ ਰਾਹੀਂ ਕਰਤਾਰਪੁਰ ਸਾਹਿਬ। ਇੱਥੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਰਤਾਰਪੁਰ ਸਾਹਿਬ ਤੋਂ ਪਾਕਿਸਤਾਨ ਦੇ ਵਿੱਚ ਜਿਹੜਾ ਸਥਿਤ ਹੈ ਗੁਰੂ ਘਰ, ਇੱਥੇ ਦੂਰਬੀਨਾਂ ਰਾਹੀਂ ਜਿਹੜਾ ਪਹਿਲਾਂ ਦੇਖਦੇ ਹੁੰਦੇ ਉਹ, ਚੱਲ ਰਸਤਾ ਤਾਂ ਬਾਅਦ 'ਚ ਬਣਿਆ ਆ ਅਤੇ ਉਹ ਲਾਂਘਾ ਜਿਹੜਾ ਦੂਰਬੀਨ ਰਾਹੀਂ ਦਰਸ਼ਨ ਕਰਦੇ ਹੁੰਦੇ ਆਪਾਂ ਕਰਾਉਂਦੇ ਹਾਂ। ਤੁਹਾਨੂੰ ਆਪਾਂ ਬਾਰਡਰ ਤੇ ਪਹੁੰਚ ਚੁੱਕੇ ਹਾਂ, ਉੱਥੇ ਦੂਰਬੀਨਾਂ ਲੱਗੀਆਂ ਹੋਈਆਂ ਅਤੇ ਉੱਥੋਂ ਫਿਰ ਤੁਹਾਨੂੰ ਦੂਰਬੀਨਾਂ ਰਾਹੀਂ ਦਿਖਾਉਂਦੇ ਹਾਂ ਨਾ, ਦਰਸ਼ਨ ਕਰਾਉਂਦੇ ਆ ਤੁਹਾਨੂੰ ਵੀ। ਸ਼ਾਇਦ ਤੁਹਾਨੂੰ ਦੇਖਦੀ ਹੋਵੇ ਉਹ ਮਾਰ ਕਰਤਾਰਪੁਰ ਸਾਹਿਬ ਹੀ ਹੈ ਗੁਰੂ ਘਰ, ਇਹਨੂੰ ਵੀ ਦਿਖਾਉਣਾ ਉੱਪਰ ਚੜ੍ਹ ਕੇ, ਦੇਖਦੀ ਤਾਂ ਹੋਊਗੀ ਸ਼ਾਇਦ ਇੱਥੋਂ ਵੀ ਹੈ ਨਾ, ਇਮਾਰਤ ਬਣੀ ਹੋਈ ਤਾਂ ਪੂਰੀ ਦਿਖਦੀ ਹੈ ਜਿਹੜੇ ਜਾਂਦੇ ਆ ਕਰਤਾਰਪੁਰ ਸਾਹਿਬ ਦਰਸ਼ਨ ਕਰਨ, ਹੈ ਨਾ। ਘਰ ਘਰ ਜੇ ਦੌੜੀ ਦਿੱਤਾ ਗਿਆ ਜਾਂਦੇ ਪਾਸਪੋਰਟ ਦੇ ਨਾਲ, ਉਹ ਇੱਥੋਂ ਦੀ ਜਾਂਦੇ ਆ। ਆ ਜਿਹੜੀ ਬਾਰਡਰ ਪਾਰ ਜਿਹੜੀ ਜ਼ਮੀਨ ਉਹ ਪਾਕਿਸਤਾਨ ਦੀ ਹੈ, ਕੁਛ ਹੋਰ ਉਸਾਰੀ ਹੋ ਰਹੀ ਹੈ ਮੈਨੂੰ ਲੱਗਦਾ ਨਾ, ਮਿਲਟਰੀ ਦਾ ਬੇਸ ਖੜੇ ਹੋਣ ਦਾ, ਜਿੱਦਾਂ ਉਹ ਬਾਈ ਥੱਲੇ ਖੜਾ ਹੋਇਆ ਆ, ਹੈ ਨਾ, ਜਿਹੜਾ ਥੱਲੇ ਖੜਾ ਆ ਵੀ ਇੱਦਾਂ ਉੱਪਰ ਖੜੇ ਹੋਣ ਦਾ ਉੱਥੇ ਬਣਾਉਂਦੇ ਪਏ ਆ। ਇੱਥੇ ਮੈਂ ਕੋਸ਼ਿਸ਼ ਕਰ ਰਿਹਾ ਕਿ ਦੂਰਬੀਨ ਦੇ ਮੂਹਰੇ ਨਾ ਕੈਮਰਾ ਲਾ ਦੇਵਾਂ ਵੀ ਤੁਹਾਨੂੰ ਵੀ ਕਰਾ ਦੇਵਾਂ ਦਰਸ਼ਨ ਕਰਤਾਰਪੁਰ ਸਾਹਿਬ ਦੇ, ਪਰ ਗੱਲ ਨਹੀਂ ਬਣੀ ਯਾਰ। ਜਦੋਂ ਜਾ ਤਾਂ ਮੈਂ ਮੱਥਾ ਤਾਂ ਕਾਫੀ ਮਾਰਿਆ ਪਰ ਬਣੀ ਨਹੀਂ ਗੱਲ, ਕਹਿੰਦਾ ਨਹੀਂ ਵੀ ਉਸਤਾਦ ਹੋ ਜਾ ਪਾਸੇ ਬਣੀ ਨਹੀਂ ਗੱਲ। ਫਿਰ ਮੈਂ ਕੈਮਰਾ ਤਾਂ ਨਹੀਂ ਸ਼ੂਟ ਕੀਤਾ, ਫਿਰ ਮੈਂ ਵੈਸੇ ਆਪ ਤਾਂ ਦਰਸ਼ਨ ਕਰਦੇ ਸੀਗੇ। ਲਓ ਜੀ ਕਰ ਲਓ ਦਰਸ਼ਨ ਤੇ ਫਿਰ ਆਪਾਂ ਪਾ ਦਈਏ ਘਰ ਨੂੰ ਚੱਲੇ ਜਾਵਾਂਗੇ। ਹਾਂ ਚੌਦਾਂ ਤੀਹ ਤਰੀਕ ਨੂੰ ਪਿੰਡੋਂ ਜਾਣੀਆਂ ਬੱਸਾਂ, ਪਰ ਜੇ ਮਹਾਰਾਜ ਨੇ ਜਦੋਂ ਬੁਲਾਉਣਾ ਜਦੋਂ ਕਹਿੰਦੇ ਉਹਨਾਂ ਲਿਖਿਆ ਉਦੋਂ ਹੀ ਜਾ ਹੋਣਾ ਆ, ਇੰਨੀ ਮਰਜ਼ੀ ਕੋਸ਼ਿਸ਼ ਕਰੋ ਬਿਨਾਂ ਸਦੇ ਤੋਂ ਜਾ ਵੀ ਨਹੀਂ ਹੁੰਦਾ, ਹੈ ਨਾ। ਲੋ ਜੀ ਪਾਕਿਸਤਾਨ ਵੀ ਬਾਰਡਰ ਤੇ ਆਪਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਆਏ ਹਾਂ, ਹੁਣ ਆਪਾਂ ਆਏ ਹਾਂ ਇੱਥੇ ਬਾਜ਼ਾਰ ਦੇ ਵਿੱਚ ਹੀ ਆ, ਚੋਲਾ ਸਾਹਿਬ ਗੁਰੂ ਘਰ ਆ ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹੀ ਦੇ ਵਸਤਰ ਪਏ ਆ, ਚੋਲਾ ਪਿਆ ਉਹਨਾਂ ਦਾ, ਤੇ ਇਹ ਗੁਰੂ ਘਰ ਦੇ ਵੀ ਹੁਣ ਦਰਸ਼ਨ ਕਰ ਆਈਏ ਆ ਜਾਓ ਬਈ। ਇਹ ਗੁਰੂ ਘਰ ਡੇਰਾ ਬਾਬਾ ਨਾਨਕ ਗੁਰੂ ਘਰ ਤੋਂ ਥੋੜ੍ਹਾ ਜਿਹਾ ਦੂਰ, ਅੱਧਾ ਕੁ ਕਿਲੋਮੀਟਰ ਦੂਰ ਆ ਬਾਜ਼ਾਰ ਦੇ ਵਿੱਚ ਦੀ ਜਾ ਹੁੰਦਾ ਆ, ਤੇ ਗਲੀ ਦੇ ਵਿੱਚ ਇਹ ਗੁਰੂ ਘਰ ਆ, ਤੇ ਬਾਹਲੀ ਦੂਰ ਨਹੀਂ ਹੈਗਾ, ਲਾਗੇ ਹੀ ਆ। ਭਾਗਾਂ ਵਾਲੇ ਬੜੇ ਪਿਆਰ ਸਰਕਾਰ ਦਾ ਗੁਰੂ ਬਾਬੇ ਨਾਨਕ ਦੇ ਜੋੜੇ ਦੇ ਦਰਸ਼ਨ ਕਰੋ, ਭੁੱਖੇ ਤੇ ਦਰਦ ਪਾਇਆ ਤੋਂ ਵੀ ਸੇਵਾ ਪਾ ਲੈ ਗੁਰੂ ਕੇ ਰਤਨ, ਕਿਰਪਾ ਕਰਨੀ ਕਰ ਗੁਰੂ ਪਰਿਵਾਰ ਦੇ ਦੁਨੀਆਂ ਕਿਹੜਾ ਹੋਸ਼ੇ ਕਰੋ, ਅੱਜ ਪਰਿਵਾਰ ਦਾ ਦੁਨੀਆਂ ਹੋਸ਼ੇ ਕਰਦੀ ਆ, ਰਾਮ ਰਾਮ ਕਰਦੀ ਬਲਾ ਤੇਰੇ ਪਾਣੇ ਸਰਬੱਤ ਦਾ ਭਲਾ, ਕਰਦੇ ਜਾਣਾ ਹੈ ਗੁਰੂ ਅਠਾਰਵੀਂ ਪੀੜ੍ਹੀ ਹੈ, ਹਾਂਜੀ ਆ ਗਏ ਸਤਾਰਵੀਂ ਪੀੜ੍ਹੀ, ਚੌਦਵਾਂ ਥੱਲੇ ਅਠਾਰਵੀਂ ਪੀੜ੍ਹੀ,
परिवार सिंह बेदी श्री चोला साहब वर्ल्ड फेमस सिंगर साढ़े सागर जी इन्हों का बड़ा मशहूर गाना टिकटॉक ते बड़े मशहूर ने सिंगर प्रोग्राम वाली बुक करो जी अखाड़े भी खुले लाउंदे ने धन्नवाद जी सारा मैं कहा हुण इधर आया नूं लंघी हुण इधर आया नूं आ गई लो भी वापसियां हो गई घर दियां बस ओके बाय सत श्री अकाल जी सारिआं नूं।